ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਸਲਾਮ ਅਲੈਕੁਮ, ਮੇਰਾ ਸਾਰੇ ਠੀਕ ਠਾਕ ਹੋਵਾਂਗੇ। ਅੱਜ ਦਾ ਵਲੋਗ ਕਰਨਾ ਸ਼ੁਰੂ, ਮੈਂ ਚੱਲਾਂ ਭੋਗ ਲੈਣ ਮਰਾੜੀਆਂ ਪਿੰਡ ਦੇ ਉੱਥੇ ਅਤੇ ਨਾਲ ਲੋਡਾ ਰਿਕਸ਼ੇ 'ਤੇ। ਚਲੋ ਚੱਲਦੇ ਹਾਂ, ਤੁਹਾਨੂੰ ਵੀ ਦੱਸਦੇ ਹਾਂ ਭੋਗ ਕਿਸਾਂ ਚੁੱਕਣਾ। ਅਤੇ ਗਰਮੀ ਵੀ ਬੜੀ ਜ਼ਿਆਦਾ, ਤਖਨਿਆਂ ਕੀ ਹਾਲਤ ਹੁੰਦੀ ਅੱਜ। ਪੜ੍ਹਨਾ ਵੀ ਲੈ ਲਿਆ ਮੈਂ, ਗਰਮੀ ਬੜੀ ਹੈ ਅਤੇ ਚਲੋ ਆ ਸਿਰੇ 'ਤੇ ਹੋਣਾ ਚਾਹੀਦਾ। ਇਸ ਰਿਕਸ਼ੇ 'ਤੇ ਜਾਣਾ ਕਿੱਧਰੋਂ ਹੋਸ਼ ਹੋ ਪੜ ਲਿਆ। ਬਸ ਹੁਣ ਚੱਲੀਏ ਘਰ, ਰਸਤੇ 'ਚ ਪਾਣੀ ਸ਼ਾਣੀ ਪੀ ਲਈਏ। ਘਰ ਸਾਹਿਬ ਆਇਆ ਇੱਥੋਂ ਪਾਣੀ ਪੀ ਲਓ, ਮੈਂ ਕਿਹਾ ਨਹੀਂ ਜਾ ਕੇ ਕੋਈ ਸ਼ਰਬਤ ਸ਼ੁਰਬਤ ਪੀਆਂ। ਦੇ ਇੱਥੇ ਰੇਤ ਬਹੁਤ ਜ਼ਿਆਦਾ ਮਿੱਟੀ, ਮੈਂ ਡਰ ਗਿਆ ਉੱਧਰ ਲੱਗ ਗਿਆ ਪਾਣੀ। ਘਰ ਸਾਹਿਬ ਘਰ ਸਾਹਿਬ ਆ ਰਹੇ, ਚੱਲੀਏ ਹੁਣ। ਬਸ ਮੱਤ ਮਾਰਨ ਗਈ ਹੈ, ਥੋੜ੍ਹਾ ਜਿਹਾ ਭੋਗ ਕੇ ਚੁੱਕਿਆ, ਪਸੀਨਾ ਲਾ ਹੋ ਗਿਆ ਬਹੁਤ ਜ਼ਿਆਦਾ, ਪਸੀਨਾ ਪਸੀਨ ਹੋ ਗਈ। ਚਲੋ ਜੀ ਡੇਰੇ ਆ ਗਏ ਹਾਂ, ਸੌ ਸੌ ਅਸੀਂ ਲੈ ਲਓ ਖਲੋਤੇ ਆ, ਬੱਕਰੀ ਪਤਾ ਨਹੀਂ ਕਿੱਥੇ ਆ। ਅਤੇ ਹੁਣ ਬਹੁਤ ਸ਼ੋਅ ਲਾ ਕੇ ਚੱਲੀਏ ਘਰ, ਚੱਲ ਕੇ ਸੋਈਏ, ਥੱਕ ਗਏ ਬਹੁਤ ਜ਼ਿਆਦਾ। ਰਿਕਸ਼ਾ ਲਿਖਾ ਛੱਡਿਆ, ਬਹੁਤ ਜ਼ਿਆਦਾ ਸਾਹ ਚੜ੍ਹ ਗਿਆ। ਹੁਣ ਮੈਂ ਸਾਹ ਆਇਆ ਉੱਥੋਂ ਡੇਰੇ ਤੋਂ, ਬਹੁਤ ਸ਼ੋਅ ਸੱਟ ਕੇ ਅਤੇ ਆਵਾਜ਼ ਹੀ ਨਿਕਲਦੀ ਆ ਕਿ ਥੱਕ ਗਿਆ ਇੰਨਾ ਜ਼ਿਆਦਾ। ਚੱਲ ਕੇ ਨਹਾ ਧੋ ਕੇ ਸੋਚ ਲਾਂ। ਬੱਕਰੀਆਂ ਫਿਰ ਚੋ ਰਹੀਆਂ ਨੇ। ਯਾਰ ਮੈਂ ਠੀਕ ਹੋ ਨਾ, ਲਾਇਕ ਹੋ ਨਾ, ਕੀ ਕਰਦੇ ਹੋ ਤੁਸੀਂ? ਮਾਸ਼ਾਅੱਲਾ ਜੀ, ਸਲਿਪ ਤੇ ਲੱਭ ਗਈ ਹੈ, ਪੇਪਰ 14 ਪੇਪਰ ਨੇ, ਬਸ ਦੁਆ ਕਰਿਓ ਲੱਭ ਜਾਏ ਕੋਈ ਨਾ ਕੋਈ।